ਬਾਲੀਵੁੱਡ ਇੰਡਸਟਰੀ ਦੀਆਂ 90s ਦੀਆਂ ਮੂਵੀਜ਼ ਤੇ ਬਾਕਮਾਲ ਸੀ ਪਰ ਉਹਨਾਂ ਮੂਵੀਜ਼ ਨੂੰ ਦੇਖਣ ਦੀ ਸਾਨੂੰ ਹਮੇਸ਼ਾ ਹੀ ਅਲੱਗ ਲੈਵਲ ਤੇ ਐਕਸਾਈਟਮੈਂਟ ਰਹਿੰਦੀ ਹੈ। ਅਸੀਂ ਸਾਰੇ ਹਮੇਸ਼ਾ ਉਹਨਾਂ ਐਵਰਗ੍ਰੀਨ ਮੂਵੀਜ਼ ਨੂੰ ਇੰਜੋਏ ਵੀ ਕਰਦੇ ਹਾਂ ਤੇ ਉਹਨਾਂ ਦੀ ਸਟੋਰੀ ਲਾਈਨ ਨੂੰ ਵੀ ਇੰਜੋਏ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਕਈ ਵਾਰ ਸਾਡਾ ਦਿਲ ਕਰਦਾ ਕਿ ਅਸੀਂ ਉਹਨਾਂ ਮੂਵੀਜ਼ ਨੂੰ ਦੁਬਾਰਾ ਤੋਂ ਸਿਨੇਮਾ ਘਰਾਂ ਦੇ ਵਿੱਚ ਦੇਖੀਏ ਤੇ ਇਸੇ ਸਾਡੇ ਸੁਪਨੇ ਨੂੰ ਪੂਰਾ ਕਰਨ ਲਈ ਬਾਲੀਵੁੱਡ ਦੇ ਕਈ ਡਾਇਰੈਕਟਰਸ ਕਈ ਮੂਵੀਜ਼ ਦੇ ਰੀਮੇਕ ਲੈ ਕੇ ਵੀ ਸਾਡੇ ਸਾਰਿਆਂ ਸਾਹਮਣੇ ਹਾਜ਼ਰ ਹੁੰਦੇ ਨੇ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕੁਝ ਅਜਿਹੀਆਂ ਹੀ 5 ਮੂਵੀਜ਼ ਬਾਰੇ ਜਿਨ੍ਹਾਂ ਦੇ ਰੀਮੇਕ ਬਣ ਚੁੱਕੇ ਨੇ ਜਾਂ ਫਿਰ ਰੀਮੇਕ ਰਿਲੀਜ਼ ਹੋਣ ਵਾਲੇ ਨੇ। ਆ ਫਿਰ ਹੁਣ ਸ਼ੁਰੂਆਤ ਕਰਦੇ ਹਾਂ ਇਸ ਲਿਸਟ ਦੀ ਪਹਿਲੀ ਮੂਵੀ ਤੋਂ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਇਸ ਲਿਸਟ ਦੀ ਪਹਿਲੀ ਮੂਵੀ ਜੋ ਕਿ 1987 ਦੇ ਵਿੱਚ ਰਿਲੀਜ਼ ਹੋਈ ਸੀ, ਯਾਨੀ ਕਿ 1987 ਵਿੱਚ ਰਿਲੀਜ਼ ਹੋਈ ਮੂਵੀ ਮਿਸਟਰ ਇੰਡੀਆ। ਮਿਸਟਰ ਇੰਡੀਆ ਮੂਵੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਉਸ ਮੂਵੀ ਦੀ ਸਟੋਰੀ ਲਾਈਨ, ਉਸ ਮੂਵੀ ਦੇ ਵਿੱਚ ਐਕਟਰਸ ਦੀ ਐਕਟਿੰਗ, ਸਾਰਾ ਕੁਝ ਲਾਜਵਾਬ ਸੀ। ਅਸੀਂ ਸਾਰਿਆਂ ਨੇ ਉਸ ਮੂਵੀ ਨੂੰ ਖੂਬ ਇੰਜੋਏ ਕੀਤਾ ਸੀ ਤੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਰੀਸੈਂਟਲੀ ਇਸ ਮੂਵੀ ਦਾ ਰੀਮੇਕ ਬਣਨ ਜਾ ਰਿਹਾ ਹੈ ਜਿਸ ਮੂਵੀ ਨੂੰ ਡਾਇਰੈਕਟ ਕਰਨਗੇ ਅਲੀ ਅਬਾਸ ਜਫਰ। ਤੇ ਉੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਮੂਵੀ ਦੇ ਰੀਮੇਕ ਦੇ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਸ਼ਾਹਰੁਖ ਖਾਨ, ਅਮਰੀਸ਼ ਪੁਰੀ ਦੇ ਰੋਲ ਵਿੱਚ ਤੇ ਉੱਥੇ ਰਣਵੀਰ ਸਿੰਘ, ਅਨਿਲ ਕਪੂਰ ਦੇ ਰੋਲ ਵਿੱਚ। ਜੀ ਹਾਂ, ਇੱਕ ਵਾਰ ਫਿਰ ਤੋਂ ਸਾਨੂੰ ਇਹ ਮੂਵੀ ਖੂਬ ਐਂਟਰਟੇਨ ਕਰਨ ਵਾਲੀ ਹੈ। ਜਿੱਥੇ 1987 ਦੀ ਮੂਵੀ ਮਿਸਟਰ ਇੰਡੀਆ ਨੂੰ ਡਾਇਰੈਕਟ ਕੀਤਾ ਗਿਆ ਸੀ ਸ਼ੇਖਰ ਕਪੂਰ ਵੱਲੋਂ, ਉੱਥੇ ਹੀ ਹੁਣ ਇਸ ਮੂਵੀ ਨੂੰ ਡਾਇਰੈਕਟ ਕਰਨਗੇ ਅਲੀ ਅਬਾਸ ਜਾਫਰ। ਤੁਹਾਨੂੰ ਮੈਂ ਦੱਸ ਦਵਾਂ ਕਿ ਸ਼੍ਰੀਦੇਵੀ ਦੇ ਕਰੈਕਟਰ ਨੂੰ ਹੁਣ ਕੌਣ ਪਲੇ ਕਰੇਗਾ ਇਹ ਹਾਲੇ ਤੱਕ ਡਿਸਾਈਡ ਨਹੀਂ ਕੀਤਾ ਗਿਆ, ਪਰ ਆਈ ਐਮ ਸ਼ੋਰ ਕਿ ਜਿਹੜੀ ਵੀ ਫੀਮੇਲ ਆਰਟਿਸਟ ਉਹ ਚੂਜ਼ ਕਰਨਗੇ ਇਸ ਕਰੈਕਟਰ ਲਈ ਉਹ ਬਾਕਮਾਲ ਹੀ ਹੋਵੇਗੀ ਤੇ ਅਸੀਂ ਸਾਰੇ ਮਿਸਟਰ ਇੰਡੀਆ 2 ਮੂਵੀ ਨੂੰ ਖੂਬ ਇੰਜੋਏ ਕਰਾਂਗੇ। ਹੁਣ ਜੇ ਮੈਂ ਗੱਲ ਕਰਾਂ ਅਗਲੀ ਮੂਵੀ ਦੀ ਤੇ ਹੁਣ ਆਪਾਂ ਗੱਲ ਕਰਾਂਗੇ ਮੂਵੀ ਜੁੜਵਾ ਦੀ। ਜੁੜਵਾ ਮੂਵੀ ਵਿੱਚ ਅਸੀਂ ਇੰਜੋਏ ਕੀਤਾ ਸੀ ਸਲਮਾਨ ਖਾਨ ਅਤੇ ਕਰਿਸ਼ਮਾ ਕਪੂਰ ਨੂੰ। ਜੀ ਹਾਂ, ਸਲਮਾਨ ਖਾਨ ਤੇ ਕਰਿਸ਼ਮਾ ਕਪੂਰ ਦੀ ਐਕਟਿੰਗ ਲਾਜਵਾਬ ਸੀ, ਉਹ ਮੂਵੀ ਲਾਜਵਾਬ ਸੀ ਤੇ ਉਸ ਵੇਲੇ ਦੀ ਉਹ ਸੁਪਰ ਹਿੱਟ ਮੂਵੀ ਸੀ ਤੇ ਰੀਸੈਂਟਲੀ ਇਸ ਮੂਵੀ ਦਾ ਰੀਮੇਕ ਕੀਤਾ ਗਿਆ ਸੀ ਡੇਵਿਡ ਧਵਨ ਵੱਲੋਂ। ਜੀ ਹਾਂ, ਇਸ ਮੂਵੀ ਦੇ ਰੀਮੇਕ ਵਿੱਚ ਸਾਨੂੰ ਨਜ਼ਰ ਆਏ ਸੀ ਵਰੁਣ ਧਵਨ, ਤਾਪਸੀ ਪੰਨੂ ਐਂਡ ਜੈਕਲੀਨ ਫਰਨਾਂਡਿਸ। ਜਿੱਥੇ ਜੁੜਵਾ ਮੂਵੀ ਨੂੰ ਡਾਇਰੈਕਟ ਕੀਤਾ ਗਿਆ ਸੀ ਡੇਵਿਡ ਧਵਨ ਵੱਲੋਂ, ਉੱਥੇ ਹੀ ਜੁੜਵਾ 2 ਨੂੰ ਵੀ ਡਾਇਰੈਕਟ ਕੀਤਾ ਗਿਆ ਡੇਵਿਡ ਧਵਨ ਵੱਲੋਂ ਤੇ ਦੋਨੋਂ ਹੀ ਮੂਵੀਜ਼ ਨੂੰ ਆਡੀਅੰਸ ਵੱਲੋਂ ਖੂਬ ਪਿਆਰ ਵੀ ਮਿਲਿਆ। 1995 ਵਿੱਚ ਇੱਕ ਮੂਵੀ ਰਿਲੀਜ਼ ਹੋਈ ਸੀ ਜਿਸ ਮੂਵੀ ਨੇ ਸਾਰਿਆਂ ਦਾ ਦਿਲ ਵੀ ਜਿੱਤਿਆ ਸੀ ਤੇ ਸਾਰਿਆਂ ਨੂੰ ਉਹ ਮੂਵੀ ਖੂਬ ਪਸੰਦ ਵੀ ਆਈ ਸੀ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਮੂਵੀ ਕੁਲੀ ਨੰਬਰ 1 ਦੀ। ਜੀ ਹਾਂ, ਕੁਲੀ ਨੰਬਰ 1 ਜਿਸ ਮੂਵੀ ਵਿੱਚ ਸਾਨੂੰ ਨਜ਼ਰ ਆਏ ਸੀ ਗੋਵਿੰਦਾ ਐਂਡ ਕਰਿਸ਼ਮਾ ਕਪੂਰ। ਗੋਵਿੰਦਾ ਨੇ ਇਸ ਕਰੈਕਟਰ ਨੂੰ ਬੜੇ ਹੀ ਬਾਕਮਾਲ ਤਰੀਕੇ ਨਾਲ ਨਿਭਾਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਇਸ ਮੂਵੀ ਦੇ ਰੀਮੇਕ ਦੇ ਰਾਹੀਂ ਅਸੀਂ ਕੁਲੀ ਨੰਬਰ 1 ਦੀ ਸਟੋਰੀ ਨੂੰ ਇੰਜੋਏ ਕਰਾਂਗੇ ਤੇ ਇਸ ਮੂਵੀ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਵਰੁਣ ਧਵਨ ਐਂਡ ਸਾਰਾ ਅਲੀ ਖਾਨ। ਜੀ ਹਾਂ, ਇਹ ਮੂਵੀ ਰਿਲੀਜ਼ ਹੋਵੇਗੀ 1 ਮਈ 2020 ਦੇ ਵਿੱਚ। ਸੋ ਮੈਂ ਤਾਂ ਬੇਹੱਦ ਹੀ ਐਕਸਾਈਟਡ ਹਾਂ ਕੁਲੀ ਨੰਬਰ 1 ਮੂਵੀ ਨੂੰ ਇੱਕ ਵਾਰ ਫਿਰ ਤੋਂ ਇੰਜੋਏ ਕਰਨ ਲਈ। ਤੁਹਾਨੂੰ ਮੈਂ ਦੱਸ ਦਵਾਂ ਕਿ 1995 ਦੀ ਕੁਲੀ ਨੰਬਰ 1 ਨੂੰ ਵੀ ਡਾਇਰੈਕਟ ਕੀਤਾ ਗਿਆ ਸੀ ਡੇਵਿਡ ਧਵਨ ਵੱਲੋਂ ਤੇ ਹੁਣ ਇੱਕ ਵਾਰ ਫਿਰ ਤੋਂ ਇਸ ਮੂਵੀ ਨੂੰ ਡਾਇਰੈਕਟ ਕਰ ਰਹੇ ਨੇ ਡੇਵਿਡ ਧਵਨ। ਹੁਣ ਜੇ ਮੈਂ ਗੱਲ ਕਰਾਂ ਚੌਥੀ ਮੂਵੀ ਦੀ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ 2005 ਦੇ ਵਿੱਚ ਮੂਵੀ ਰਿਲੀਜ਼ ਹੋਈ ਸੀ ਬੰਟੀ ਐਂਡ ਬਬਲੀ ਜਿਸ ਮੂਵੀ ਨੇ ਸਾਰਿਆਂ ਨੂੰ ਖੁਸ਼ ਕਰ ਦਿੱਤਾ ਸੀ। ਜੀ ਹਾਂ, ਇਸ ਮੂਵੀ ਵਿੱਚ ਸਾਨੂੰ ਰੋਮਾਂਸ ਵੀ ਨਜ਼ਰ ਆਇਆ ਸੀ, ਕਾਮੇਡੀ ਵੀ ਨਜ਼ਰ ਆਈ ਸੀ, ਉੱਥੇ ਹੀ ਰਾਨੀ ਮੁਖਰਜੀ ਐਂਡ ਅਭਿਸ਼ੇਕ ਬੱਚਨ ਦੀ ਐਕਟਿੰਗ ਵੀ ਸਾਨੂੰ ਸਾਰਿਆਂ ਨੂੰ ਖੂਬ ਪਸੰਦ ਆਈ ਸੀ। ਤੁਹਾਨੂੰ ਦੱਸ ਦਈਏ ਕਿ ਉਸ ਮੂਵੀ ਨੂੰ ਡਾਇਰੈਕਟ ਕੀਤਾ ਗਿਆ ਸੀ ਸ਼ਾਹਦ ਅਲੀ ਵੱਲੋਂ ਤੇ ਹੁਣ ਇੱਕ ਵਾਰ ਫਿਰ ਤੋਂ ਇਸ ਮੂਵੀ ਦਾ ਰੀਮੇਕ ਬਣ ਰਿਹਾ ਤੇ ਇਸ ਰੀਮੇਕ ਵਿੱਚ ਸਾਨੂੰ ਨਜ਼ਰ ਆਉਣ ਵਾਲੇ ਨੇ ਸੈਫ ਅਲੀ ਖਾਨ ਐਂਡ ਰਾਨੀ ਮੁਖਰਜੀ ਤੇ ਉਹਦੇ ਹੀ ਹੁਣ ਇਸ ਮੂਵੀ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਵਰੁਣ ਵੀ ਸ਼ਰਮਾ ਵੱਲੋਂ। ਜੀ ਹਾਂ, ਇੱਕ ਵਾਰ ਫਿਰ ਤੋਂ ਅਸੀਂ ਸਾਰੇ ਇੰਜੋਏ ਕਰਨ ਵਾਲੇ ਹਾਂ ਬੰਟੀ ਐਂਡ ਬਬਲੀ ਮੂਵੀ ਨੂੰ। ਸੋ ਮੈਂ ਤਾਂ ਬੇਹੱਦ ਐਕਸਾਈਟਡ ਹੋ ਚੁੱਕੀ ਹਾਂ ਸੈਫ ਅਲੀ ਖਾਨ ਐਂਡ ਰਾਨੀ ਮੁਖਰਜੀ ਦੀ ਐਕਟਿੰਗ ਨੂੰ ਇੱਕ ਵਾਰ ਫਿਰ ਤੋਂ ਔਨ ਸਕਰੀਨ ਇਕੱਠੇ ਦੇਖਣ ਲਈ। ਹੁਣ ਮੈਂ ਜਿਹੜੀ ਫਿਲਮ ਦੀ ਗੱਲ ਕਰਨ ਜਾ ਰਹੀ ਹਾਂ ਉਹ ਫਿਲਮ 1991 ਦੀ ਸੁਪਰ ਡੂਪਰ ਹਿੱਟ ਮੂਵੀ ਸੀ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਮੂਵੀ ਫੂਲ ਔਰ ਕਾਂਟੇ ਦੀ ਜਿਸ ਮੂਵੀ ਵਿੱਚ ਸਾਨੂੰ ਨਜ਼ਰ ਆਏ ਸੀ ਅਜੇ ਦੇਵਗਨ। ਜੀ ਹਾਂ, ਅਜੇ ਦੇਵਗਨ ਨੂੰ ਅਸੀਂ ਫੂਲ ਔਰ ਕਾਂਟੇ ਮੂਵੀ ਵਿੱਚ ਦੇਖਿਆ ਸੀ ਤੇ ਹੁਣ ਰੀਸੈਂਟਲੀ ਇੰਟਰਵਿਊ ਦੌਰਾਨ ਅਜੇ ਦੇਵਗਨ ਵੱਲੋਂ ਕਿਹਾ ਗਿਆ ਕਿ ਉਹ ਇਸ ਮੂਵੀ ਦਾ ਰੀਮੇਕ ਬਣਾਉਣ ਜਾ ਰਹੇ ਨੇ। ਜੀ ਹਾਂ, ਇੱਕ ਵਾਰ ਫਿਰ ਤੋਂ ਹੁਣ ਅਸੀਂ ਫੂਲ ਔਰ ਕਾਂਟੇ ਮੂਵੀ ਨੂੰ ਇੰਜੋਏ ਕਰਾਂਗੇ ਤੇ ਇਸ ਮੂਵੀ ਵਿੱਚ ਸਾਨੂੰ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲਣਗੇ ਅਜੇ ਦੇਵਗਨ। ਉਸ ਮੂਵੀ ਨੂੰ ਡਾਇਰੈਕਟ ਕੀਤਾ ਗਿਆ ਸੀ ਕੁੱਕੂ ਫਿਲਮਸ ਵੱਲੋਂ ਤੇ ਇਹਤੇ ਮੈਂ ਤੁਹਾਨੂੰ ਦੱਸ ਦਵਾਂ ਤੇ ਉਸ ਮੂਵੀ ਵਿੱਚ ਸਾਨੂੰ ਅਜੇ ਦੇਵਗਨ ਦੇ ਨਾਲ ਨਾਲ ਨਜ਼ਰ ਆਏ ਸੀ ਮਧੂ ਅਤੇ ਅਮਰੀਸ਼ ਪੁਰੀ। ਇਹਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸ ਦਵਾਂ ਕਿ ਅਜੇ ਦੇਵਗਨ ਆਪਣੇ ਐਕਟਿੰਗ ਕਰੀਅਰ ਦੀਆਂ 100 ਮੂਵੀਜ਼ ਨੂੰ ਕੰਪਲੀਟ ਕਰ ਚੁੱਕੇ ਨੇ। ਸੋ ਹੁਣ ਮੈਂ ਤਾਂ ਬੇਹੱਦ ਹੀ ਐਕਸਾਈਟਡ ਹਾਂ ਇੰਨੀਆਂ ਮੂਵੀਜ਼ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੁਣ ਫੂਲ ਔਰ ਕਾਂਟੇ ਮੂਵੀ ਦੇ ਇਸ ਰੀਮੇਕ ਨੂੰ ਦੇਖਣ ਦੀ ਤੇ ਉੱਥੇ ਹੀ ਮੈਂ ਇਹ ਦੇਖਣ ਲਈ ਵੀ ਐਕਸਾਈਟਡ ਹਾਂ ਕਿ ਸਾਨੂੰ ਅਜੇ ਦੇਵਗਨ ਦੇ ਨਾਲ ਇਸ ਮੂਵੀ ਵਿੱਚ ਕਿਹੜੀ ਫੀਮੇਲ ਲੀਡ ਨਜ਼ਰ ਆਉਂਦੀ ਹੈ। ਬਾਕੀ ਇਹਨਾਂ ਸਾਰੀਆਂ ਮੂਵੀਜ਼ ਦੇ ਵਿੱਚੋਂ ਤੁਹਾਡੀ ਫੇਵਰੇਟ ਮੂਵੀ ਕਿਹੜੀ ਸੀ ਤੇ ਤੁਸੀਂ ਕਿਹੜੀ ਮੂਵੀ ਲਈ ਜ਼ਿਆਦਾ ਐਕਸਾਈਟਡ ਹੋ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਤੇ ਇੰਟਰਸਟਿੰਗ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਗੱਬਰੂ .com।
press the bell icon to never miss a video from Gabru. ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗਬਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ